ਅੱਜ ਸਾਡੇ ਕੋਲ ਕੋਈ ਹੋਸਟ ਦੋਸਤ ਨਹੀਂ ਹੈ, ਇੱਕ ਦੂਜੇ ਨੂੰ ਹੀ ਸਵਾਲ ਪੁੱਛਣ ਜਾ ਰਹੇ ਹਾਂ। ਇਹਨੂੰ ਕਹਿੰਦੇ ਆ ਸੈਲੀਬ੍ਰਿਟੀ ਟੂ ਸੈਲੀਬ੍ਰਿਟੀ। ਨੀਰੂ ਜੀ, ਤੁਹਾਡੇ ਲਈ ਮੇਰਾ ਸਵਾਲ ਹੈ। ਮੈਂ ਵੀ ਲੈ ਕੇ ਆਈ ਹਾਂ ਸਵਾਲ ਸਦਾ ਜੀ। ਜੇ ਤੁਹਾਨੂੰ ਇੱਕ ਮੌਕਾ ਮਿਲਦਾ ਟਾਈਮ ਟਰੈਵਲ ਕਰਕੇ ਕਿਸੇ ਹੋਰ ਦੀ ਜ਼ਿੰਦਗੀ ਜਾਣ ਦਾ, ਉਹ ਹਸਤੀ ਕਿਹੜੀ? ਤਾਂ ਬਹੁਤ ਨੇ ਜੀ। ਆਈ ਥਿੰਕ ਮੇਰੇ ਲਈ, ਜਦੋਂ ਮੈਂ ਜ਼ਿਆਦਾ ਸਟ੍ਰੈਸ ਹੁੰਦੀ ਹਾਂ, ਜਿਮ ਚਲੀ ਜਾਂਦੀ ਹਾਂ ਐਂਡ ਥੋੜ੍ਹੇ ਗਾਣੇ ਸੁਣਦੀ ਹਾਂ ਐਂਡ ਦੈਨ ਹੈਵ ਅ ਗਲਾਸ ਆਫ ਵਾਈਨ। ਟ੍ਰੈਡਮਿਲ ਤੇ? ਜਿਮ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਅੱਜ ਸਾਡੇ ਕੋਲ ਕੋਈ ਹੋਸਟ ਤਾਂ ਨਹੀਂ ਹੈਗਾ, ਸੋ ਅਸੀਂ ਇੱਕ ਦੂਜੇ ਨੂੰ ਹੀ ਸਵਾਲ ਪੁੱਛਣ ਜਾ ਰਹੇ ਹਾਂ। ਇਹਨੂੰ ਕਹਿੰਦੇ ਆ ਸੈਲੀਬ੍ਰਿਟੀ ਟੂ ਸੈਲੀਬ੍ਰਿਟੀ। ਸੋ ਨੀਰੂ ਜੀ, ਤੁਹਾਡੇ ਲਈ ਮੇਰਾ ਸਵਾਲ ਹੈ, ਜੋ ਪਹਿਲਾਂ ਤੁਸੀਂ ਇੰਟਰੋਡਕਸ਼ਨ ਦੇਣੀ। ਤੁਸੀਂ ਦੇ ਚੁੱਕੇ ਹੋ ਇੰਟਰੋਡਕਸ਼ਨ, ਬਟ ਮੇਰਾ ਨਾਮ ਹੈ ਨੀਰੂ ਬਾਜਵਾ, ਤੁਹਾਡੀ ਆਪਣੀ ਨੀਰੂ ਬਾਜਵਾ। ਅਤੇ ਜਿਵੇਂ ਸਰਤਾਜ ਜੀ ਨੇ ਤੁਹਾਨੂੰ ਦੱਸਿਆ, ਅੱਜ ਸਾਡੇ ਕੋਲ ਕੋਈ ਹੋਸਟ ਦੋਸਤ ਨਹੀਂ ਹੈ, ਅਸੀਂ ਇੱਕ ਦੂਸਰੇ ਦੇ ਹੋਸਟ ਐਂਡ ਦੋਸਤ ਹਾਂ, ਸੋ ਇੱਕ ਦੂਸਰੇ ਨੂੰ ਸਵਾਲ ਪੁੱਛਾਂਗੇ। ਹਾਂਜੀ, ਤੁਹਾਡੇ ਹਿਸਾਬ ਨਾਲ ਇਕੱਲੇ ਰਹਿਣਾ ਅਤੇ ਖੁਦ ਨਾਲ ਸਮਾਂ ਬਿਤਾਉਣਾ ਕਿੰਨਾ ਕੁ ਇੰਪੋਰਟੈਂਟ ਹੈ? ਮੇਰੇ ਲਈ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਮੈਨੂੰ ਆਪਦੇ ਆਪ ਨਾਲ ਟਾਈਮ ਨਾ ਮਿਲੇ ਤਾਂ ਮੈਂ ਆਈ ਡੋਂਟ ਨੋ, ਮੈਂ ਗੁਆਚੀ ਜਾਂਦੀ ਹਾਂ, ਇਰੀਟੇਟਿਡ ਹੋ ਜਾਂਦੀ ਹਾਂ। ਐਟ ਹੋਮ ਇਹ ਥੋੜ੍ਹਾ ਮੁਸ਼ਕਿਲ ਹੁੰਦਾ ਹੈ, ਪਰ ਫਿਰ ਵੀ ਮੈਂ ਆਪਦੇ ਆਪ ਲਈ ਇੱਕ ਦੋ ਘੰਟੇ ਤਾਂ ਜ਼ਰੂਰ ਕੱਢ ਲੈਂਦੀ ਹਾਂ। ਬਟ ਮੇਰੇ ਲਈ ਕਮਰੇ 'ਚ ਰਹਿਣਾ ਲਾਈਕ 2-3 ਡੇਜ਼ ਇਕੱਲੇ ਮੁਸ਼ਕਿਲ ਨਹੀਂ ਹੈ। ਆਈ ਲਵ ਇਟ, ਮੈਂ ਆਪਦੀ ਬੈਸਟ ਫਰੈਂਡ ਹਾਂ। ਮੈਂ ਆਪਣੀ ਫੇਵਰਿਟ, ਮੈਂ ਆਪਦੀ ਫੇਵਰਿਟ ਵੀ ਹਾਂ ਅਤੇ ਆਪਦੀ ਬੈਸਟ ਫਰੈਂਡ ਹਾਂ। ਸਰਤਾਜ ਜੀ, ਹਾਂਜੀ, ਜੇ ਤੁਹਾਨੂੰ ਇੱਕ ਮੌਕਾ ਮਿਲਦਾ ਟਾਈਮ ਟਰੈਵਲ ਕਰਕੇ ਕਿਸੇ ਹੋਰ ਦੀ ਜ਼ਿੰਦਗੀ ਜਿਉਣ ਦਾ, ਕਿਸੇ ਹੋਰ ਦੀ ਜ਼ਿੰਦਗੀ, ਓਕੇ, ਉਹ ਹਸਤੀ ਕਿਹੜੀ ਹੁੰਦੀ? ਇਹ ਤਾਂ ਬਹੁਤ ਨੇ ਜੀ, ਦੱਸੋ ਇੱਕ ਤਾਂ ਦੱਸੋ। ਪਤਾ ਨਹੀਂ ਉਹ ਰੀਅਲ ਹੈ ਕਿ ਨਹੀਂ ਹੈ, ਜੇਮੀ ਫਰੇਜ਼ਰ ਇੱਕ ਕੈਰੈਕਟਰ ਆ ਆਊਟਲੈਂਡਰ 'ਚ, ਅਤੇ ਜੇ ਉਹ ਹੁੰਦਾ ਤਾਂ ਉਹ ਜਵਾਬ ਦਿੱਤਾ ਜੀ। ਮੈਨੂੰ ਪਤਾ ਸੀਗਾ, ਮੈਂ ਕਿਹਾ ਬੋਰਿੰਗ ਹੈ, ਹੁਣ ਕੀ ਕਰਾਂ, ਚਲੋ ਕੋਈ ਹੋਰ ਲੱਭਦਾ। ਮੈਂ ਤਾਂ ਹੀ ਇੱਥੋਂ ਲੱਭ ਰਿਹਾ ਕੋਈ, ਬਲਰਾਜ ਸਾਹਨੀ ਸਾਹਿਬ। ਉਹ ਜਦੋਂ BBC ਕੰਮ ਕਰਦੇ ਸੀ ਅਤੇ ਵਾਪਸ ਸ਼ਿਪ 'ਤੇ ਆਉਂਦੇ ਸੀਗੇ, ਤਾਂ ਉਹ ਜਿਹੜੀ ਟਰੈਵਲਿੰਗ ਆ ਮੈਨੂੰ ਬੜੀ ਕੈਪਟੀਵੇਟਿੰਗ ਲੱਗਦੀ ਹੈ। ਇੰਟਰਸਟਿੰਗ। ਸਭ ਤੋਂ ਵਧੀਆ ਤਰੀਕਾ ਕੀ ਹੈ ਖੁਦ ਨੂੰ ਇੱਕ ਸਟ੍ਰੈਸਫੁਲ ਡੇ ਵਿੱਚ ਰਿਲੈਕਸ ਫੀਲ ਕਰਵਾਉਣ ਦਾ? ਜਿਮ ਜਾਓ। ਦੈਟਸ ਇਟ। ਹਾਂ, ਆਈ ਥਿੰਕ ਮੇਰੇ ਲਈ, ਜਦੋਂ ਮੈਂ ਜ਼ਿਆਦਾ ਸਟ੍ਰੈਸ ਹੁੰਦੀ ਹਾਂ, ਮੈਂ ਜਿਮ ਚਲੀ ਜਾਂਦੀ ਹਾਂ ਐਂਡ ਥੋੜ੍ਹੇ ਗਾਣੇ ਸੁਣਦੀ ਹਾਂ ਐਂਡ ਟ੍ਰੈਡਮਿਲ 'ਤੇ, ਭਾਵੇਂ ਉਹ ਮਤ ਯੂ ਡੋਂਟ ਹੈਵ ਟੂ ਰਨ, ਮੈਂ ਵਾਕ ਲਈ ਵੀ ਚਲੀ ਜਾਂਦੀ ਹਾਂ। ਦੈਟ ਵੀ ਆਲ ਕੈਨ ਫੀਲ। ਤੁਹਾਡੇ ਨਾਲ ਕਦੇ ਇੱਦਾਂ ਦਾ ਕੁਛ ਹੋਇਆ ਜਿਹਨੇ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਇਹ ਮਹਿਸੂਸ ਕਰਾਤਾ ਕਿ ਮੈਂ ਇਕੱਲਾ? ਦੇਖੋ, ਜਿਹੜਾ ਇਕੱਲਾ ਹੁੰਦਾ ਜੀ, ਉਹਨੂੰ ਮਹਿਸੂਸ ਕਰਵਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ, ਉਹਦੇ ਹਾਲਾਤ ਤੋਂ, ਉਹਦੀਆਂ ਨਜ਼ਰਾਂ ਤੋਂ, ਚਿਹਰੇ ਤੋਂ ਪਤਾ ਲੱਗ ਹੀ ਜਾਂਦਾ। ਸੋ ਮੈਂ ਇੱਕ ਬਹੁਤ ਹੀ ਜ਼ਿਆਦਾ ਮੈਨਿਊਟ ਓਬਜ਼ਰਵਰ ਵੀ ਹਾਂ, ਬੀਇੰਗ ਅ ਪੋਇਟ ਐਂਡ ਸੈਂਸਿਟਿਵ ਹਿਊਮਨ, ਅਤੇ ਮੈਨੂੰ ਕਾਫੀ ਜ਼ਿਆਦਾ ਪਤਾ ਲੱਗ ਜਾਂਦਾ ਕਿ ਕੋਈ ਬੰਦਾ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਤੋਂ ਅਫੈਕਟਡ ਆ, ਅਤੇ ਮੈਂ ਜਿੰਨਾ ਕੁ ਹੋ ਸਕਦਾ ਉਹਨੂੰ ਸੋਲਿਸ ਜਾਂ ਕਿਸੇ ਤਰ੍ਹਾਂ ਦੀ ਚੀਜ਼ ਦੇਣ ਦੀ ਕੋਸ਼ਿਸ਼ ਕਰਦਾ। ਜ਼ਿਆਦਾਤਰ ਇਹ ਕੌਨਸਰਟ 'ਚ ਹੁੰਦਾ, ਜ਼ਿਆਦਾਤਰ ਤੁਹਾਡੇ ਜਿਹੜੇ ਐਡਮਾਇਰਰ ਹੈ ਨਾ ਪਰਟੀਕੁਲਰਲੀ, ਹੁਣ ਪਤਾ ਨਹੀਂ ਬਲਿਸਫੁਲਨੈਸ ਹੈ ਜਾਂ ਕੀ ਹੈ, ਸਾਨੂੰ ਜ਼ਿਆਦਾਤਰ ਈਮੇਲ ਆਉਂਦੀਆਂ ਕਿ ਅੱਛਾ ਮੈਂ ਡਿਪਰੈਸ਼ਨ ਸੀਗਾ ਬਟ ਮੈਂ ਤੁਹਾਡੇ ਸੌਂਗ ਸੁਣੇ ਅਤੇ ਮੈਂ ਹੁਣ ਚੜ੍ਹਦੀ ਕਲਾ 'ਚ ਹਾਂ, ਮੈਨੂੰ ਕੋਈ ਸਟ੍ਰੈਸ ਸੀਗਾ, ਮੈਂ ਤੁਹਾਡਾ ਇਹ ਗਾਣਾ ਸੁਣਿਆ, ਮੈਂ ਠੀਕ ਹੋ ਗਿਆ। ਸੋ ਦੈਟ ਮੀਨਸ ਉਹ ਬੰਦੇ ਜਦੋਂ ਸਮ ਹਾਓ ਤੁਹਾਨੂੰ ਪਰਸਨਲੀ ਵੀ ਮਿਲ ਜਾਂਦੇ ਆ, ਤਾਂ ਯੂ ਕੈਨ ਫੀਲ ਦੇਅਰ ਵਾਈਬ੍ਰੇਸ਼ਨ ਐਜ਼ ਵੈਲ। ਐਬਸੋਲਿਊਟਲੀ। ਮਾਈਂਡ ਚਨ, ਇੱਕ ਪਾਸੇ ਜ਼ਬਰਦਸਤ ਐਕਟਰ ਲੇਕਿਨ ਉਸਦੀ ਫੈਨ ਫੋਲੋਇੰਗ ਨਹੀਂ ਹੈਗੀ ਇੰਨੀ, ਅਤੇ ਇੱਕ ਪਾਸੇ ਮਿਲੀਅਨ ਫੋਲੋਅਰਸ ਵਾਲਾ ਕਲਾਕਾਰ ਇਹ, ਲੇਕਿਨ ਉਸਦੀ ਐਕਟਿੰਗ ਇੰਨੀ ਵਧੀਆ ਨਹੀਂ ਹੈ। ਜੇ ਤੁਹਾਨੂੰ ਚੂਜ਼ ਕਰਨਾ ਹੁੰਦਾ ਇਹਨਾਂ ਵਿੱਚੋਂ ਐਜ਼ ਪ੍ਰੋਡਿਊਸਰ, ਤਾਂ
ਤੁਸੀਂ ਕਿਹਨੂੰ ਚੂਜ਼ ਕਰਦੇ ਅਤੇ ਕਿਉਂ? ਫਸਟ ਚੋਇਸ ਜੋ ਮਤਲਬ ਜ਼ਬਰਦਸਤ ਐਕਟਰ ਜਿਹਦੇ ਕੋਲ ਫੋਲੋਅਰਸ ਹੈ ਨਹੀਂ, ਇਟਸ ਈਦਰ ਜੂਲੀਆ ਰੌਬਰਟਸ ਔਰ ਐਨੀਵੇਜ਼ ਕੋਈ ਪਲੇਬੋਏ ਮਾਡਲ। ਇੰਸਟਾਗ੍ਰਾਮ ਦੂਸਰਾ ਮੀਡੀਅਮ ਐਂਡ ਫਿਲਮ ਇਜ਼ ਅ ਡਿਫਰੈਂਟ ਸਟੋਰੀ। ਇੱਕ ਮੈਂ ਕਾਮੇਡੀ ਸ਼ੋਅ ਦੇਖਿਆ ਸੀ ਐਂਡ ਉਹ ਕਮੇਡੀਅਨ ਕਹਿੰਦਾ ਕਿ ਦ ਈਜ਼ੀਐਸਟ ਵੇ ਟੂ ਗੈਟ ਪਾਪੂਲਰ ਔਨ ਇੰਸਟਾਗ੍ਰਾਮ ਇਜ਼ ਜਾਂ ਤਾਂ ਕੱਪੜੇ ਉਤਾਰ ਦਿਓ ਜਾਂ ਤਾਂ ਕੁਛ ਕੰਟਰੋਵਰਸ਼ਲ ਕਹਿ ਦਿਓ ਐਂਡ ਯੂ ਗੈਟ ਫੋਲੋਅਰਸ। ਸੋ ਇਨ ਅ ਨਟਸ਼ੈਲ, ਗੋ ਆਲਵੇਜ਼ ਗੋ ਵਿਦ ਜ਼ਬਰਦਸਤ ਐਕਟਰ। ਅਮੇਜ਼ਿੰਗ। ਕਹਿੰਦੇ ਨੇ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਤੁਹਾਨੂੰ ਕੀ ਲੱਗਦਾ ਹੈ, ਤਕਦੀਰ ਰੱਬ ਵੱਲੋਂ ਲਿਖੀ ਗਈ ਆ ਜਾਂ ਇਨਸਾਨ ਆਪ ਆ ਕੇ ਲਿਖਦਾ? ਮੈਂ ਤੁਹਾਨੂੰ ਜੈਨੂਅਲੀ ਦੱਸਾਂ, ਇਹ ਮੇਰੇ ਇੱਕ ਗੀਤ 'ਚ ਆ ਕਿ ਬਸ ਇਹੀ ਇੱਕ ਰਮਜ਼ ਰਹਿ ਗਈ ਏ ਜ਼ਰਾ ਅਕਲੋਂ ਪਰੇ, ਸ਼ਬ ਨਵੀਂ ਯਾਦਾਂ ਤਸਵਰ ਦੇ ਨਵੇਂ ਪੱਤਿਆਂ 'ਤੇ ਬਹਿ ਕੇ ਆਫਤਾਬੀ ਉਲਫਤਾਂ ਬਾਰੇ ਕਰਨ 'ਚ ਮਸ਼ਵਰੇ। ਚਲੋ ਉਹ ਇੱਕ ਲੰਬਾ ਸੌਂਗ ਹੈ, ਬਟ ਸਿਰਫ ਇੱਕ ਲਾਈਨ ਦੀ ਮੈਂ ਇਹਦੀ ਗੱਲ ਕਰਾਂ। ਆਈ ਜੈਨੂਅਲੀ ਐਮ ਇਨ ਦੀ ਡਿਲੇਮਾ ਆਫ ਦੈਟ ਕਿ ਹਾਲੇ ਤੱਕ ਮੈਨੂੰ ਕਲੀਅਰ ਨਹੀਂ ਹੋਇਆ ਇਸ ਗੱਲ ਦਾ। ਮਤਲਬ ਵੈਸੇ ਕੋਈ ਇੱਕ ਆਂਸਰ ਬਣਾਉਣਾ ਤੁਸੀਂ ਬਣਾ ਸਕਦੇ, ਪਰ ਜੇ ਮੇਰਾ ਤੁਸੀਂ ਵੇਟੇਜ ਦੇਖੋ ਤਾਂ ਮੈਨੂੰ ਲੱਗਦਾ ਕਿ ਇਹ ਤਕਦੀਰ ਬਣੀ ਹੀ ਹੁੰਦੀ ਹੈ, ਤੁਸੀਂ ਬਣਾਉਂਦੇ ਨਹੀਂ ਹੈ। ਬਟ ਇਹ ਮੇਰਾ ਡੈਫੀਨੇਟ ਆਂਸਰ ਨਹੀਂ ਹੈ, ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਨੋਟ ਇਨਵੈਸਟੀਗੇਸ਼ਨ, ਜਸਟ ਆਪਣੇ ਆਪ ਹੀ ਕਦੀ ਨਾ ਕੁਛ ਸ਼ਾਇਦ ਸਮਝ ਆ ਜਾਵੇ ਕਿਸੇ ਇੰਸੀਡੈਂਟ ਤੋਂ। ਡਾ ਅਪਰੋਪਰੀਏਟ ਔਰ ਸੈਟੀਸਫੈਕਟਰੀ ਆਂਸਰ? ਹਾਂਜੀ ਹਾਂਜੀ, ਆਮ ਹੈਪੀ ਵਿਦ ਇਟ। ਓਕੇ, ਅੱਛਾ, ਤੁਹਾਡੇ ਇੰਸਟਾਗ੍ਰਾਮ ਦਾ ਹੀ ਕੁਐਸਚਨ ਆ ਗਿਆ ਜੀ। ਨੀਰੂ ਜੀ, ਪਹਿਲਾਂ ਕ੍ਰਿਟੀਸਿਜ਼ਮ ਹੁੰਦਾ ਸੀ ਫਿਲਮਾਂ ਨੂੰ ਹੋਰ ਵਧੀਆ ਬਣਾਉਣ ਲਈ, ਨੈਗੇਟਿਵ ਕਮੈਂਟਸ ਇੰਨੇ ਜ਼ਿਆਦਾ ਵੱਧ ਚੁੱਕੇ ਆ ਕਿ ਰੀਅਲ ਕ੍ਰਿਟੀਸਿਜ਼ਮ ਕਿਤੇ ਨਾ ਕਿਤੇ ਖਤਮ ਹੁੰਦਾ ਜਾ ਰਿਹਾ। ਇਹ ਕਿਸੇ ਜਰਨਲਿਜ਼ਮ ਪੜ੍ਹਦੇ ਬੰਦੇ ਨੇ ਲਿਖਿਆ ਹੋਇਆ ਇਹ, ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਮੈਂ ਓਨੈਸਟਲੀ, ਮੈਨੂੰ ਲੱਗਦਾ ਕਈ ਪੋਜ਼ਿਟਿਵ ਕਮੈਂਟਸ ਵੀ ਆਈ ਫੇਕ ਲੱਗਦੇ ਆ ਕੁਛ ਲੋਕ, ਆਈ ਡੋਨਟ ਨੋ, ਮੈਨੂੰ ਐਂ ਲੱਗਦਾ ਕਿ ਇਸ ਇੰਸਟਾਗ੍ਰਾਮ ਨੂੰ ਇੰਨਾ ਸੀਰੀਅਸ ਨਹੀਂ ਲੈਣਾ ਚਾਹੀਦਾ। ਮੈਨੂੰ ਪਤਾ ਤੁਸੀਂ ਕਿਉਂ ਕਹਿ ਰਹੇ ਹੋ, ਮੇਰੇ ਲਈ ਇਟਸ ਅ ਵੇ ਟੂ ਰੀਚ ਆਊਟ ਟੂ ਮਾਈ ਫੈਨਸ ਐਂਡ ਉਹਨਾਂ ਨੂੰ, ਮਤਲਬ ਫਿਲਮ ਆ ਰਹੀ ਆ ਟੂ ਪ੍ਰਮੋਟ ਮਾਈ ਫਿਲਮ। ਬਟ ਜੇ ਮੈਂ ਹਰ ਇੱਕ ਕਮੈਂਟ ਪੜ੍ਹਾਂ ਅਤੇ ਉਹਨੂੰ ਸੀਰੀਅਸਲੀ ਲਵਾਂ, ਜਾਂ ਮੈਂ ਸੋਚਾਂ ਕਿ ਹਾਏ ਉਸ ਕੁੜੀ ਦੇ ਇੰਨੇ ਫੋਲੋਅਰਸ ਆ ਮੇਰੇ ਨਹੀਂ ਹੈ, ਮੈਨੂੰ ਇੰਨੇ ਕਮੈਂਟਸ ਕਿਉਂ ਨਹੀਂ ਆ ਰਹੇ, ਮੈਨੂੰ ਇੰਨੇ ਲਾਈਕਸ ਨਹੀਂ ਕਿਉਂ ਨਹੀਂ ਆ ਰਹੇ, ਮਤਲਬ ਇਟਸ ਇਟਸ ਵੈਰੀ ਨੈਗੇਟਿਵ ਔਨ ਅ ਯੰਗ ਪਰਸਨਸ ਮਾਈਂਡ, ਜੋ ਕਿ ਇਹ ਸਾਰੀਆਂ ਚੀਜ਼ਾਂ ਨਹੀਂ ਹੈਂਡਲ ਕਰ ਪਾਉਂਦਾ। ਸਾਡਾ ਅਗਲਾ ਸਵਾਲ ਵੀ ਇਸੇ 'ਤੇ ਹੈ। ਸੋ ਅੱਛਾ, ਸੋ ਮੈਂ ਕੈਰੀ ਔਨ ਕਰ ਲੈਂਦੀ ਹਾਂ, ਕਿਉਂਕਿ ਕਾਫੀ ਕੁਛ ਫੇਕ ਹੈ ਇੰਸਟਾਗ੍ਰਾਮ 'ਤੇ, ਪਲੀਜ਼ ਫੋਲੋਅਰਸ, ਕਮੈਂਟਸ, ਲਾਈਕਸ, ਜਿਹੜੀਆਂ ਕੁੜੀਆਂ ਨੂੰ ਤੁਸੀਂ ਦੇਖਦੇ ਹੋ, ਯੂ ਨੋ ਇਟ ਇਜ਼, ਯੂ ਨੋ ਸੋ ਮੱਚ ਆਫ ਇਟ ਇਜ਼, ਸੋ ਮਤਲਬ ਜੋ ਲੋਕ ਜਿਨ੍ਹਾਂ ਨੂੰ ਨਹੀਂ ਪਤਾ, ਦੇ ਕੈਨ ਗੈਟ ਅਫੈਕਟਡ ਬਾਈ ਦਿਸ ਵੇ, ਫਿਰ ਉਹ ਰੈਟ ਰੇਸ ਬਣ ਜਾਂਦੀ ਹੈ, ਕੰਪਟੀਸ਼ਨ ਬਣ ਜਾਂਦੀ ਹੈ, ਲਾਈਕ ਵਾਈ ਕੈਂਟ ਆਈ ਬੀ ਲਾਈਕ ਦੈਟ। ਸੋ ਇਹ ਗੱਲਾਂ ਨੂੰ ਸੀਰੀਅਸਲੀ ਨਹੀਂ ਲੈਣੀਆਂ ਚਾਹੀਦੀਆਂ, ਐਂਡ ਸਪੈਸ਼ਲੀ ਜੋ ਕਿ ਯੂ ਨੋ ਕਈ ਲੋਕ ਦਿਖਾਉਂਦੇ ਆ ਇੰਸਟਾਗ੍ਰਾਮ 'ਤੇ, ਦੇ ਓਨਲੀ ਸ਼ੋ ਯੂ ਦ ਪਰਫੈਕਟ ਪਿਕਚਰ, ਹੈ ਨਾ, ਰਿਐਲਿਟੀ ਤਾਂ ਉਹ ਦਿਖਾਉਂਦੇ ਨਹੀਂ, ਫਿਰ ਤਾਂ ਦੋ ਚਾਰ ਫਿਲਟਰਸ ਲਾ ਕੇ ਵੀ ਅਸੀਂ ਫੋਟੋਜ਼ ਪੋਸਟ ਕਰਦੇ ਹਾਂ। ਸੋ ਆਈ ਥਿੰਕ ਇੰਸਟਾਗ੍ਰਾਮ ਮਤਲਬ ਇੱਕ ਲਾਈਟਲੀ ਇੰਜੋਏ ਕਰੋ, ਕਨੈਕਟਿਡ ਰਹੋ, ਬਟ ਹਾਂ ਕੁਛ ਆਈ ਫੀਲ ਲਾਈਕ ਯੂ ਨੋ ਕੁਛ ਫਰਸਟ੍ਰੇਟਿਡ ਲੋਕ ਆ ਜੋ ਕਿ ਨੈਗੇਟਿਵ ਕਮੈਂਟਸ ਕਰਦੇ ਆ, ਬਟ ਥੈਂਕਫੁਲੀ ਮੈਂ ਇੰਨੀ ਸਟਰੋਂਗ ਆ ਕਿ ਮੈਨੂੰ ਨਹੀਂ ਅਫੈਕਟ ਹੁੰਦਾ ਹੈ, ਕੋਈ ਕੁਛ ਵੀ ਬੋਲੇ, ਆਈ ਨੋ ਹੂ ਆਈ ਐਮ, ਆਈ ਐਮ ਸੋ
you know confident in who I am ki mainu koi kuch bhi kahe it doesn't matter to me and main hun publicly aayi ha to bolenge that's the right hai na mere ek dost hai mainu lagda ki contemporary saadi nation de most profound thinker te intellectual hai ਉਹਨਾਂ ਦਾ ਨਾਮ ਹੈ ਵਿਕਾਸ ਦਿਵਯ ਕੀਰਤੀ ਸਰ ਉਹ ਆਈ ਏ ਐੱਸ ਨੂੰ ਪੜ੍ਹਾਉਂਦੇ ਆ ਦਿੱਲੀ ਰਹਿੰਦੇ ਆ ਉਹਨਾਂ ਨੇ ਆਪ ਐਡਮਿਟ ਕੀਤਾ ਕਿ 2018 ਦੇ ਵਿੱਚ ਉਹ ਉਹਨਾਂ ਨੇ ਐਨਜ਼ਾਇਟੀਜ਼ ਦੀਆਂ ਮੈਡੀਸਨ ਜਾਂ ਦਵਾਈਆਂ ਜਾਂ ਟੈਬਲੇਟਸ ਲਈਆਂ ਫੋਰ ਈਅਰ ਐਂਡ ਹਾਫ ਆਲਮੋਸਟ ਪਰ ਹੁਣ ਉਹਨਾਂ ਦਾ ਦੁਬਾਰਾ ਸਟੇਟਮੈਂਟ ਸੀਗਾ ਕਿ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੋ ਇੱਕ ਵਾਰੀ ਤੁਹਾਨੂੰ ਉਸ ਨਹਿਰ ਦੇ ਵਿੱਚ ਇੱਕ ਵਾਰੀ ਡੁੱਬਣਾ ਪੈਂਦਾ ਜ਼ਰੂਰ ਐਨੀ ਵੀ ਉਹ ਤੁਹਾਡੇ 'ਤੇ ਜਿੰਨੀ ਜਲਦੀ ਵਕਤ ਆ ਜਾਓ ਬੈਟਰ ਗੱਲ ਆ ਇੱਕ ਵਾਰ ਤੁਸੀਂ ਉਸ 'ਚੋਂ ਨਿਕਲਦੇ ਫਿਰ ਤੁਹਾਡਾ ਯਾਰ ਹੁੰਦਾ ਕੁਛ ਕੁਛ ਨਹੀਂ ਹੈਗਾ ਸੋ ਦਿਸ ਇਜ਼ ਦੀ ਐਡਵਾਈਸ ਵਿੱਚ ਨੀਰੂ ਬਾਜਵਾ ਜੀ ਬਾਏ ਹਰਸੈਲਫ ਹੈਜ਼ ਗਿਵਨ ਪਲੀਜ਼ ਡੂ ਲਿਸਨ ਐਂਡ ਪ੍ਰੋਸੀਡ ਕਦੇ ਕਦੇ ਸਿਆਣੀ ਗੱਲਾਂ ਕਰਦੀ ਹਾਂ ਨਹੀਂ ਨਹੀਂ ਤੁਸੀਂ ਹਮੇਸ਼ਾ ਹੀ ਕਰਦੇ ਤੁਸੀਂ ਕੈਮਰੇ 'ਤੇ ਚੀਕ ਹੀ ਰਹਿੰਦੇ ਹੋ ਵੈਸੇ ਤੁਸੀਂ ਬਹੁਤ ਆਈ ਨੋ ਸੋ ਤਾਂ ਅਲੋ ਹੱਦ ਹੋ ਗਈ ਆ ਸੈਂਟੈਂਸ ਹੀ ਉੱਥੋਂ ਸ਼ੁਰੂ ਹੋ ਰਿਹਾ ਨੀਰੂ ਜੀ ਇੱਕ ਐਡਵਾਈਸ ਜੋ ਤੁਸੀਂ ਦੇਣਾ ਚਾਹੁੰਦੇ ਹੋ ਉਹਨਾਂ ਕੁੜੀਆਂ ਨੂੰ ਜੋ ਇਸ ਇੰਡਸਟਰੀ ਵਿੱਚ ਪੈਰ ਰੱਖਣਾ ਚਾਹੁੰਦੀਆਂ ਨੇ ਐਕਟਿੰਗ ਕਲਾਸਿਸ ਲਓ ਪਲੀਜ਼ ਐਂਡ ਮੈਂ ਆਹੀ ਕਹਿਣਾ ਚਾਹੁੰਦੀ ਹਾਂ ਕਿ ਸਿਰਫ ਲੁਕਸ ਉੱਤੇ ਧਿਆਨ ਨਾ ਦਿਉ ਐਂਡ ਆਪਦੇ ਟੈਲੈਂਟ ਉੱਤੇ ਆਪਣੇ ਕਰਾਫਟ ਉੱਤੇ ਧਿਆਨ ਦਿਉ ਐਂਡ ਡੋਂਟ ਟੇਕ ਦਾ ਸ਼ੋਰਟਕੱਟ ਕਿਉਂਕਿ ਸਹੀ ਗੱਲ ਦੱਸਾਂ ਕਿ ਕੋਈ ਸ਼ੋਰਟਕੱਟ ਨਹੀਂ ਹੈ ਸੋ ਟੇਕ ਦਾ ਲੌਂਗ ਰੂਟ ਬਹੁਤ ਆਈ ਮੀਨ ਯੂ ਫੇਸ ਪ੍ਰੋਬਲਮਸ ਬਟ ਯੂ ਨੋ ਹਾਰਡ ਵਰਕ ਹਮੇਸ਼ਾ ਹੀ ਪੇ ਆਫ ਕਰਦਾ ਹੈ ਸੋ ਮੇਰੀ ਐਡਵਾਈਸ ਸਰਤਾਜ ਜੀ ਹਾਂਜੀ ਅਸੀਂ ਤੁਹਾਡੇ ਗਾਏ ਬਿਨਾਂ ਕਿਵੇਂ ਪ੍ਰੋਗਰਾਮ ਖਤਮ ਕਰ ਸਕਦੇ ਪਲੀਜ਼ ਦੋ ਬੋਲ ਹੋ ਜਾਣ ਸਿੱਖੀਏ ਤਰੀਕਤਾਂ ਦੇ ਆਸ਼ਕੀ ਛੱਡੀਏ ਮੁਹੱਬਤਾਂ ਨੂੰ ਆਪਣਾ ਮਿਹਰਮਾਂ ਦੀ ਮਾਰਫਤ ਪਿਆਰਿਓ ਰਹਿੰਦਾ ਨਹੀਂ ਖਿਆਲ ਫਿਰ ਆਪਣਾ ਰੁੱਤਾਂ ਅਤੇ ਮੌਸਮਾਂ ਤੋਂ ਪਾਰ ਦੇ ਕਿਉਂਕਿ ਇਹਨਾਂ ਦੇ 20 ਈਅਰਸ ਇੰਡਸਟਰੀ 'ਚ ਪੂਰੇ ਹੋਏ ਮੈਂ ਇਸ ਕਰਕੇ ਕਹਿ ਰਿਹਾ ਰੁੱਤਾਂ ਅਤੇ ਮੌਸਮਾਂ ਤੋਂ ਪਾਰ ਦੇ ਫੁੱਲਾਂ ਵਾਂਗੂ ਟਹਿਕ ਦੇ ਰਿਓ ਖਿਆਲਾਂ ਸਾਡਿਆਂ 'ਚ ਮਹਿਬੂਬ ਜੀ ਇਸੇ ਤਰ੍ਹਾਂ ਮਹਿਕ ਦੇ ਰਿਓ ਆਸਰਾ ਰਹੂਗਾ ਸਰਤਾਜ ਨੂੰ ਦਿਲਾਂ ਵਿੱਚ ਦਹਿਕ ਦੇ ਰਿਓ ਖਿਆਲਾਂ ਸਾਡਿਆਂ 'ਚ ਮਹਿਬੂਬ ਜੀ ਇਸੇ ਤਰ੍ਹਾਂ ਮਹਿਕ ਦੇ ਰਿਓ ਸਰਤਾਜ ਜੀ ਹੁਣ ਇੱਥੇ ਅਸੀਂ ਰੁਖਸਤੀ ਲਵਾਂਗੇ ਤੁਹਾਡੇ ਤੋਂ ਥੈਂਕ ਯੂ ਪਿਟਾਰਾ ਮੂਵੀਜ਼ ਸੁਣਦੇ ਰਹੋ ਦੇਖਦੇ ਰਹੋ ਪਿਟਾਰਾ ਬਟ ਪਹਿਲਾਂ 19 ਅਪ੍ਰੈਲ ਨੂੰ ਸ਼ਾਇਰ ਫਿਲਮ ਦੀਆਂ ਟਿਕਟਾਂ ਬੁੱਕ ਕਰ ਲਓ